ਚਿੱਟੀ ਟੋਪੀ ਵਾਲੇ ਕੈਪਟਨ ਨੂੰ ਇੱਜ਼ਤ ਦੇ ਕੇ ਸਟੇਜਾਂ 'ਤੇ ਬੋਲਦੇ ਨੇ ਅਤੇ ਬਜ਼ੁਰਗ ਬਾਦਲ ਸਾਹਿਬ ਨੂੰ ਗਲਤ ਗੱਲਾਂ ਨਾਲ ਸੰਬੋਧਨ ਕਰਦੇ ਨੇ। ਚਿੱਟੀ ਟੋਪੀ ਚਿੱਟੇ ਮੱਛਰ ਤੋਂ ਵੀ ਵੱਧ ਖਤਰਨਾਕ ਹੈ। ਇਹ ਕਿਹਾ ਗਿਆ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਜੋ ਕਿ SYL ਅਤੇ ਪਿਆਉ ਢਾਹੇ ਜਾਣ ਦੇ ਮੁੱਦੇ 'ਤੇ ਸੁਖਬੀਰ ਬਾਦਲ ਵਾਲੀ ਸ਼ਬਦਾਵਲੀ ਦੀ ਵਰਤੋਂ ਕਰਦੇ ਨਜ਼ਰ ਆਏ ਅਤੇ ਹਰ ਵਾਰ ਦੀ ਤਰ੍ਹਾਂ ਦਾਅਵਾ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਵੀ ਪਾਰਟੀ ਹੈ। ਇਹ ਪੀਪੀ ਦੀ ਟੀ ਪਾਰਟੀ ਵੀ ਕਾਂਗਰਸ ਵੱਲੋਂ ਤੋਰੀ ਗਈ ਸੀ ਅਕਾਲੀ ਵੋਟਾਂ ਨੂੰ ਵੰਡ ਕੇ ਕਮਜ਼ੋਰ ਕਰਨ ਵਾਸਤੇ। ਅੱਜ ਉਹੀ ਪੀਪੀ ਪਾਰਟੀ ਜਿਹੜੀ ਕਾਂਗਰਸ ਦੀ ਬੀ ਟੀਮ ਸੀ ਅੱਜ ਕਾਂਗਰਸ ਵਿੱਚ ਵੜ ਗਈ, ਜਿਹੜੀ ਸਾਡੀ ਗੱਲ ਬਿਲਕੁਲ ਸੱਚ ਸਾਬਿਤ ਹੋਈ ਹੈ। ਆਹ ਦੂਜੇ ਜਿਹੜੇ ਅਕਾਲੀ ਦਲ ਤੁਰੇ ਫਿਰਦੇ ਨੇ ਇਹ ਸਾਰੇ ਕਾਂਗਰਸ ਤੋਂ ਖੜੇ ਕੀਤੇ ਗਏ ਹੁੰਦੇ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ। ਅੱਜ ਕਾਂਗਰਸ ਨੇ ਨਵਾਂ ਹਥਕੰਡਾ ਜਿਹੜਾ ਅਪਣਾਇਆ ਹੈਗਾ, ਚਿੱਟੀ ਟੋਪੀ ਵਾਲੀ ਪਾਰਟੀ ਜਿਹੜੀ ਦਿੱਲੀਓਂ ਤੋਰ ਕੇ ਪੰਜਾਬ 'ਚ ਲੈ ਕੇ ਆਏ ਨੇ, ਆਹੀ ਚਿੱਟੀ ਟੋਪੀ ਦੀ ਪਾਰਟੀ ਕਾਂਗਰਸ ਨੇ ਦਿੱਲੀ ਵਿੱਚ ਪੈਦਾ ਕੀਤੀ ਸੀ ਭਾਜਪਾ ਦੀ ਸਰਕਾਰ ਨੂੰ ਦਿੱਲੀ ਵਿੱਚ ਰੋਕਣ ਵਾਸਤੇ। ਤੁਸੀਂ ਇਹਨਾਂ ਦੀ ਸਟੇਜਾਂ ਤੋਂ ਦੇਖੋ ਕਿ ਕਾਂਗਰਸ ਦੇ ਆਗੂਆਂ ਨੂੰ ਤਾਂ ਕੈਪਟਨ ਸਾਹਿਬ ਕਹਿ ਕੇ ਤਾਂ ਜੀ ਕਹਿ ਕੇ ਤਾਂ ਬਾਦਲ ਸਾਹਿਬ ਨੂੰ ਕਿੰਨੀ ਗੱਲਾਂ ਗਲਤ ਗੱਲਾਂ ਕਹਿੰਦੇ ਨੇ ਬਜ਼ੁਰਗ ਇਨਸਾਨ ਨੂੰ। ਇਹ ਕਾਂਗਰਸ ਦੀ ਨਵੀਂ ਬੀ ਟੀਮ ਜਿਹੜੇ ਪੰਜਾਬ ਨੂੰ ਪੱਟਣ ਵਾਸਤੇ ਪਹੁੰਚੀ ਹੈ, ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਿਹੜਾ ਕੇਜਰੀਵਾਲ ਅੱਜ 2 ਹਫ਼ਤਿਆਂ ਬਾਅਦ ਵੀ ਵਿਸਾਖੀ ਦੇ ਮੇਲੇ ਤੋਂ ਭੱਜ ਗਿਆ ਕਿਉਂਕਿ SYL ਦੇ ਨਹਿਰ ਦੇ ਮੁੱਦੇ 'ਚ ਪੰਜਾਬ ਦੇ ਉਲਟ ਖੜਿਆ ਹੈ। ਜਿਹੜਾ ਇਨਸਾਨ ਹਰਿਆਣੇ ਦਾ ਜੰਪਲ ਹੋਏ ਨੁਮਾਇੰਦਗੀ ਇਹ ਦਿੱਲੀ ਦੀ ਕਰਦਾ ਹੈ, ਇਹ ਪੰਜਾਬ ਦੇ ਪਾਣੀਆਂ ਨਾਲ ਰਾਖਾ ਕਦੇ ਹੋ ਹੀ ਨਹੀਂ ਸਕਦਾ। ਹਕੀਕਤ ਸਾਹਮਣੇ ਆਈ ਜਦ ਵਿਸਾਖੀ ਤੋਂ ਭੱਜ ਗਿਆ ਕਿਉਂਕਿ ਜਵਾਬ ਕੋਈ ਨਹੀਂ ਸੀ। ਜਿਹੜਾ ਇਨਸਾਨ ਸੀਸਗੰਜ ਗੁਰਦੁਆਰਾ ਸਾਹਿਬ 'ਚ ਬਤੌਰ ਮੁੱਖ ਮੰਤਰੀ ਬੁਲਡੋਜ਼ਰ ਫੇਰਨ ਦੀ ਗੱਲ ਸਕਦਾ ਹੈ, ਇਹ 84 ਦੇ ਕਤਲੇਆਮਾਂ ਅਤੇ ਦਰਬਾਰ ਸਾਹਿਬ ਦੇ ਹਮਲਿਆਂ ਤੋਂ ਕਿਵੇਂ ਫਰਕ ਹੋ ਸਕਦਾ? ਇਹਨਾਂ ਦੀ ਸੋਚ ਬਿਲਕੁਲ ਇੱਕ ਹੈ। ਸੋ ਇਹੋ ਜਿਹੀ ਪਾਰਟੀਆਂ ਤੋਂ ਸੁਚੇਤ ਰਹੀਏ। ਆ ਕਾਂਗਰਸ ਹੋਏ ਜਾਂ ਚਿੱਟੀ ਟੋਪੀ ਹੋਏ, ਇਹ ਚਿੱਟੀ ਟੋਪੀ ਤਾਂ ਚਿੱਟੇ ਮੱਛਰ ਤੋਂ ਵੀ ਹੋਰ ਖਤਰਨਾਕ ਹੈ।